ਕੀ ਤੁਹਾਨੂੰ ਏਡਾ ਫੋਬੀਆ ਹੋਇਆ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ? ਕੀ ਏਡਾ ਤੁਹਾਨੂੰ ਵਕਾਰ ਚੜਿਆ ਸਾਡਾ? ਹਰ ਗੱਲ ਦਾ ਇੱਕ ਸਟੈਂਡਰਡ ਬਹਾਨਾ ਹੈ। ਇਹ ਤਾਂ ਜੀ ਪਿਛਲੀ ਸਰਕਾਰ ਜਿੰਮਿਆ ਯਾਰ, ਤੁਹਾਡੇ ਆਪਦੀ ਵਜ਼ਾਰਤ ਦਾ ਅੰਤ ਸਮਾਂ ਤੁਰਿਆ ਹੁੰਦਾ। ਕਾਂਗਰਸ ਪਾਰਟੀ ਦਾ ਬੇੜਾ ਗਰਕ ਹੋਇਆ, ਉਹਦੇ ਲਈ ਇੱਕੋ ਇੱਕ ਬੰਦਾ ਜ਼ਿੰਮੇਵਾਰ ਹੈ, ਖਜ਼ਾਨਾ ਮੰਤਰੀ ਜਾਂ ਮਨਪ੍ਰੀਤ ਸਿੰਘ ਬਾਦਲ। ਮੈਂ ਸਮਝਦਾ ਕੁਛ ਰਹੀ ਨਹੀਂ ਗਈ ਪਿੱਛੇ ਗੱਲ। 300 ਕਿਲੋਮੀਟਰ ਚੱਲ ਕੇ ਜਾਣਾ, ਇਹ ਬਿਆਨ ਲੁਧਿਆਣੇ 'ਚ ਵੀ ਦਿੱਤਾ ਜਾ ਸਕਦਾ ਸੀ, ਮਗਰ ਬਠਿੰਡੇ ਜਾ ਕੇ ਇੱਕ 'ਤੇ ਬਹਿ ਕੇ ਫਿਰ ਖਜ਼ਾਨਾ ਮੰਤਰੀ ਦੇ ਹਲਕੇ 'ਚ ਏਰੀਏ 'ਚ ਜਾ ਕੇ ਬਿਆਨ ਦੇਣਾ, ਇਹਦੇ ਬੜੇ ਵੱਡੇ ਮੈਨੂੰ ਨਿਕਲ ਗਏ। ਦੇਖੋ ਰੰਧਾਵਾ ਥੋੜ੍ਹਾ ਨਾ ਹਿੱਲ ਗਿਆ ਹੁਣ, ਵਿਚਾਰਾ ਇਹਨੂੰ ਐਵੇਂ ਟੈਨਸ਼ਨ ਹੋ ਗਈ ਆ। ਤੁਸੀਂ ਵੀ ਬਾਲੇ ਸਵਾਲ ਨਾ ਪੁੱਛੋ ਉਹਨੂੰ, ਕਿਤੇ ਕੁਛ ਹੋ ਗਿਆ ਤੁਹਾਡੇ ਜਿੰਮੇ ਪੈ ਜਾ। ਵਿਸਥਾਰਪੂਰਵਕ ਤੁਹਾਨੂੰ ਆਪਦੇ ਵਿਚਾਰ ਰੱਖੇ ਹੈ, ਔਰ ਆਈ ਥਿੰਕ ਸਭ ਤੋਂ ਜਿਹੜਾ ਸੀਰੀਅਸ ਮੈਟਰ ਹੈ ਕਿ ਜਿਹੜਾ ਨੌਨ ਪਰਫੋਰਮੈਂਸ ਹੈ ਗਵਰਨਮੈਂਟ ਦੀ, ਉਹਦੇ ਬਾਰੇ ਪੰਜਾਬ ਦੇ ਲੋਕ ਵੀ ਚਿੰਤਿਤ ਨੇ, ਉਹਦੇ 'ਤੇ ਵਿਚਾਰਾਂ ਵੀ ਚੱਲਦੀਆਂ ਨੇ। ਔਰ ਹੁਣ ਇਕੱਲੀ ਉਹ ਪੰਜਾਬ ਦੇ ਲੋਕਾਂ ਤੱਕ ਨਹੀਂ, ਇਹਨਾਂ ਦੀ ਆਪਣੀ ਅੰਦਰੂਨੀ ਪਾਰਟੀ ਜਿਹੜਾ ਹਰ ਕਮਰੇ ਦੇ ਅੰਦਰ ਬਹਿ ਕੇ, ਹਰ ਘਰ ਦੇ ਅੰਦਰ ਬਹਿ ਕੇ ਜਾਂ ਹਰ ਦਫ਼ਤਰ ਦੇ ਅੰਦਰ ਬਹਿ ਕੇ ਜੋ ਵਿਚਾਰਾਂ ਚੱਲਦੀਆਂ ਨੇ, ਮੈਂ ਇਸ ਗੱਲ ਦਾ ਬਿੱਟੂ ਜੀ ਨੂੰ ਇੱਕ ਗੱਲ ਦੀ ਸ਼ਲਾਘਾ ਕਰਦਾ ਕਿ ਉਹਨਾਂ ਨੇ ਸੱਚਾਈ ਨੂੰ ਕਬੂਲਿਆ। ਔਰ ਵੇਖੋ ਇਸ ਗੱਲ ਕੋਈ ਛੋਟੀ ਮੋਟੀ ਨਹੀਂ, 300 ਕਿਲੋਮੀਟਰ ਚੱਲ ਕੇ ਜਾਣਾ, ਇਹ ਬਿਆਨ ਲੁਧਿਆਣੇ 'ਚ ਵੀ ਦਿੱਤਾ ਜਾ ਸਕਦਾ ਸੀ, ਮਗਰ ਬਠਿੰਡੇ ਜਾ ਕੇ ਇੱਕ 'ਤੇ ਬਹਿ ਕੇ ਫਿਰ ਖਜ਼ਾਨਾ ਮੰਤਰੀ ਦੇ ਹਲਕੇ 'ਚ ਏਰੀਏ 'ਚ ਜਾ ਕੇ ਬਿਆਨ ਦੇਣਾ, ਇਹਦੇ ਬੜੇ ਵੱਡੇ ਮੈਨੇ ਨਿਕਲਦੇ। ਔਰ ਗੱਲਾਂ ਉਹਨਾਂ ਨੇ ਕਿਹੜੀਆਂ ਕੀਤੀਆਂ ਕਿ ਜਦੋਂ ਚੋਰ ਮੈਨੂਫੈਸਟੋ ਬਣਿਆ ਸੀ, ਇਹ ਖਜ਼ਾਨਾ ਮੰਤਰੀ ਉਹਦੇ ਮੇਨ ਲੰਬੜਦਾਰ ਸਨ, ਜਿਹੜੇ ਤਿਆਰ ਕਰਨ ਵਿੱਚ ਕਮੇਟੀ ਦੇ ਚੇਅਰਮੈਨ ਸਨ, ਸਭ ਕੁਝ ਜਾਣਦੇ ਹੋਏ, ਅਸੀਂ ਪਹਿਲਾਂ ਵੀ ਇਹ ਗੱਲ ਕਹੀ, ਸਭ ਕੁਝ ਜਾਣਦੇ ਹੋਏ ਉਦੋਂ ਵੀ ਲੋਕਾਂ ਨਾਲ ਧੋਖਾ ਕੀਤਾ, ਫਰੋਡ ਕੀਤਾ। 3 ਸਾਲ ਨਿਕਲ ਗਏ, ਸਭ ਨੂੰ ਗੱਲੀਬਾਤੀ ਚਾਰੀ ਗਏ ਕਿ ਜੀ ਐਵਰੀਥਿੰਗ। ਦੇਖੋ ਇਹ ਤਾਂ ਸਭ ਤੋਂ, ਕੀ ਤੁਹਾਨੂੰ ਏਡਾ ਫੋਬੀਆ ਹੋਇਆ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ? ਕੀ ਏਡਾ ਤੁਹਾਨੂੰ ਬੁਖਾਰ ਚੜਿਆ ਸਾਡਾ? ਹਰ ਗੱਲ ਦਾ ਇੱਕ ਸਟੈਂਡਰਡ ਬਹਾਨਾ ਹੈ। ਇਹ ਤਾਂ ਜੀ ਪਿਛਲੀ ਸਰਕਾਰ ਜਿੰਮੇਵਾਰ ਯਾਰ, ਤੁਹਾਡੇ ਆਪਦੀ ਵਜ਼ਾਰਤ ਦਾ ਅੰਤ ਸਮਾਂ ਤੁਰਿਆ ਹੁੰਦਾ ਹੈ, ਔਰ ਲੋਕ ਤੁਹਾਨੂੰ ਸਵਾਲ ਕਰ ਰਹੇ ਤੁਹਾਡੀ 0 ਪਰਫੋਰਮੈਂਸ, ਨੌਨ ਪਰਫੋਰਮੈਂਸ, ਕਿ ਤੁਹਾਨੂੰ ਆਪਦੀ ਵਜ਼ਾਰਤ ਨਹੀਂ ਚਲਾਉਣੀ ਆ ਰਹੀ। ਇਹ ਅਸੀਂ ਨਹੀਂ ਕਹਿ ਰਹੇ, ਪੰਜਾਬ ਦੇ ਲੋਕ ਵੀ ਕਹਿ ਰਹੇ, ਅਤੇ ਹੁਣ ਤਾਂ ਕਾਂਗਰਸ ਦੇ ਸੀਨੀਅਰ ਲੀਡਰ ਵੀ ਕਹਿਣਾ ਸ਼ੁਰੂ ਕਰਤੇ। ਔਰ ਬਿੱਟੂ ਜੀ ਦਾ ਪਰਿਵਾਰ ਦੇ ਵੱਲੋਂ ਇਹ ਗੱਲ ਆਉਣੀ, ਜਿਹੜਾ ਆਪਦੇ ਆਪ ਨੂੰ ਟਕਸਾਲੀ ਕਾਂਗਰਸੀ ਪਰਿਵਾਰ ਮੰਨਦਾ, ਜਿਨ੍ਹਾਂ ਦੇ ਦਾਦਾ ਜੀ, ਜਿਨ੍ਹਾਂ ਦੇ ਬਜ਼ੁਰਗ ਕਾਂਗਰਸ ਦੇ ਬਹੁਤ ਵੱਡੇ ਵੱਡੇ ਅਹੁਦੇ 'ਤੇ ਰਹਿ ਚੁੱਕੇ ਆ, ਉਸ ਪਰਿਵਾਰ ਦੇ ਮੈਂਬਰ ਪਾਰਲੀਮੈਂਟ ਤੋਂ ਇਹ ਗੱਲ ਜਾ ਕੇ ਕਹਿਣੀ ਕਿ ਅੱਜ ਜੋ ਕਾਂਗਰਸ ਪਾਰਟੀ ਦਾ ਬੇੜਾ ਗਰਕ ਹੋਇਆ, ਉਹਦੇ ਲਈ ਇੱਕੋ ਇੱਕ ਬੰਦਾ ਜ਼ਿੰਮੇਵਾਰ ਹੈ, ਖਜ਼ਾਨਾ ਮੰਤਰੀ ਜਾਂ ਮਨਪ੍ਰੀਤ ਸਿੰਘ ਬਾਦਲ। ਮੈਂ ਸਮਝਦਾ ਕੁਛ ਰਹੀ ਨਹੀਂ ਗਈ ਪਿੱਛੇ ਗੱਲ। ਔਰ ਵੱਡੀ ਗੱਲ ਦੇਖੋ, ਉਹਨਾਂ ਨੇ 2 ਗੱਲਾਂ ਹੋਰ ਕੀਤੀਆਂ, ਇਹ ਵੀ ਕਬੂਲਿਆ ਕਿ ਡਿਵੈਲਪਮੈਂਟ ਕੋਈ ਨਹੀਂ ਹੋ ਰਹੀ। ਦੇਖੋ ਖਜ਼ਾਨਾ ਮੰਤਰੀ ਦਿੱਲੀ ਜਾਂਦੇ, ਅਵਾਰਡ ਲੈ ਕੇ ਆਉਂਦੇ ਆ, ਅਤੇ ਐਮ ਪੀ ਇੱਥੇ ਬੈਠਿਆ ਕਹਿੰਦਾ ਕਿ ਡਿਵੈਲਪਮੈਂਟ ਤਾਂ ਹੋ ਨਹੀਂ ਰਹੀ, ਕਹਿੰਦਾ ਬਠਿੰਡਾ ਵੀ ਹਰੇ ਅਤੇ ਦਾਖਾ ਵੀ ਹਰੇ। ਫਿਰ ਦੂਜੀ ਗੱਲ ਕਹਿੰਦੇ ਆ ਕਿ ਜਿਹੜੇ ਬਜ਼ੁਰਗਾਂ ਨੂੰ ਪੈਨਸ਼ਨਾਂ ਦਾ, ਸ਼ਗਨ ਸਕੀਮਾਂ ਦਾ, ਅੰਗਹੀਨ ਬੱਚਿਆਂ ਨੂੰ, ਵਿਧਵਾਵਾਂ ਨੂੰ ਜਿਹੜੀ ਸੁੱਖ ਸਹੂਲਤਾਂ ਦੀ ਗੱਲ ਕੀਤੀ ਸੀ, ਐਕਸੀ ਸਕਾਲਰਸ਼ਿਪ ਦੀ ਗੱਲ ਕੀਤੀ ਸੀ, ਉਹ ਸੁੱਖ ਸਹੂਲਤਾਂ ਨਹੀਂ ਜਾ ਰਹੀ, ਸਾਰੀਆਂ ਚੀਜ਼ਾਂ 'ਚ ਫੇਲ ਹੋ ਗਈ ਹੈ, ਔਰ ਖਜ਼ਾਨਾ ਮੰਤਰੀ ਉਹਦੇ ਲਈ ਜ਼ਿੰਮੇਵਾਰ ਹੈ। ਔਰ ਫਿਰ ਅਗਲੀ ਗੱਲ ਸਲਾਹ ਕਰਦੇ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਕੋਲ ਜਾਵਾਂਗੇ, ਅਤੇ ਇਹ ਜੇ ਨੌਨ ਪਰਫੋਰਮਿੰਗ ਮਿਨਿਸਟਰਾਂ ਨੂੰ, ਜਿਹੜਾ ਕੁਛ ਸਮਾਂ ਪਹਿਲਾਂ ਫਸਲੀ ਬਟੇਰੇ ਜਿਹੜੇ ਆਇਆ ਰਾਮ ਗਿਆ ਰਾਮ ਦੀ ਪੋਲੀਟਿਕਸ ਕਰਦੇ ਸੀ, ਜਿਹੜੇ ਮੌਕੇ ਦੀ ਮੌਕੇ ਆਏ ਅਤੇ ਕਾਂਗਰਸੀਆਂ ਦਾ ਹੱਕ ਮਾਰ ਗਏ, ਔਰ ਉਹਨਾਂ ਨੇ ਫਿਰ ਇਹ ਗੱਲ ਵੀ ਕਹੀ ਕਿ ਬੜੇ ਅੱਗੇ ਬੜੇ ਲਾਇਕ ਕਾਂਗਰਸੀ ਨੇ ਐਮ ਐਲ ਏ, ਜਿਹੜੀ ਇਹ ਤੋਂ ਵਧੀਆ ਡਿਊਟੀ ਨਿਭਾ ਸਕਦੇ। ਔਰ
एक उदाहरण नहीं दिता, कई उदाहरण दे गल की कि श्रोमणी अकाली दल बीजेपी की सरकार वेले भी खजाना मंत्री का यही टेप रिकॉर्ड हों खजाना खाली मनप्रीत सिंह बादल का, मगर उस तो बाद बीबी उपेंद्रजीत कौर आए, उन्होंने कदे गल नहीं कही, वधिया काम किए, वधिया सहूलत दित्तियां, 12 च सरकार फिर बन गई। फिर 5 साल परमिंदर सिंह ढींसा जी आए, वह भी जिक्र किया कि उन्हों की कारगुजारी भी सरकार की बादल साहब की शिफ्ट की सरकार की कि वधिया सी। सो मैं समझदा इस तो वड्डा विंडीकेशन, इस तो वड्डा सबूत की मिल सकता कि कांग्रेस दे सरकार दे वजीरां दे की हालात बने पे। और एक पहले नहीं, इस तो पहला जेडे सीएम साहब दे एडवाइजर भी सी अपना राजा वड़िंग जी, उन्होंने भी कहा कि नलायक वजीरां नू बाहर करो, लायक एमएलएआं नू वजीरां दी वारी दिओ। सो ये कला असी नहीं कह रहे, सारे पंजाबी ये महसूस करते हैं। किसी देखो अज बड़े अफसोस नाल एक गल तुसी पता नहीं रिलाइज करते हो नहीं करते, रोज़ रौला पैंदा है परफॉर्मेंस दे उत्ते केड़े आफ्टर डीएसपी सेखो नाल जो गल हुई है उन्होंने इनक्वायरी किने मार्क की सरकार ने, उस वक्त दे कैबिनेट मिनिस्टर नवजोत सिंह सिद्धू ने, हुण अफसर दी की ड्यूटी थी जो इनक्वायरी करता कि नहीं करता, कि उहदे च सी कि मैं इनक्वायरी ना करा, उन्हें इनक्वायरी की, सच्चाई सामने लैके आया, रौला पिया, उन्हूं उदों भी गालां कढ़ियां, थ्रैटन किया गया कि तू देखी तेरे नाल की होंदा, हाईकोर्ट बारे भी शब्दावली माड़ी वरती गई, विधानसभा च रौला पिया, और अज जो थोड़े सामने आ गया कि सही काम करने वाले नूं सस्पेंड, ते जेड़ा एक संकेत भेजा कि जेड़ा एमएलएआं दे आखे वजीरां दे आखे नहीं लगेगा फिर उहदे नाल बलविंदर सेखों वाली होगी, फिर कितों तुसीं आस रखते हो कि किसी ने इंसाफ दे देना। हर बंदे नूं आपदी नौकरी प्यारी है, हर कोई तो मरजीवड़ा बन नहीं जाना, मगर इन्हां हालातों च मैं समझदा कांग्रेस सरकार की फेलीअर्स कमिंग फ्रॉम राहुल गांधी दे चेते मैंबर पार्लीमेंट जेडे ब्लू वाइट बॉय मन्ने जांदे राहुल गांधी दे, बेअंत सिंह परिवार कांग्रेस पार्टी का ब्लू वाइट परिवार जेड़ा आपदी उंगल रख के दस सकदा कि मैं आनंदपुर साहब तो टिकट लड़नी है, लुधियाने तो लड़नी है, और इन्हां दी गल सुनी जाती है, अज ओ राहुल गांधी गांधी परिवार का मैंबर कांग्रेस सरकार दी वजीरां दी परफॉर्मेंस नू जीरो दस रहा, मैं समझदा इस तो बाकी कोई गल ही नहीं रहेगी। और तीजी गल इन्होंने गल की हाल वेख लो, वो निर्मल सिंह छतराणा साहब कांग्रेस के एमएलए ने कहते जी मैं तहसीलदार नूं बदलाउणा चाहुंदा, क्यों, क्योंकि कहिंदे जी पैसे मंगदा सब तो, कहिंदा मेरा लिहाज उहने कीता, पहला 30,000 मंगदा सी फिर 15 ते आ गया, और कहिंदा मैं कांगड़ नूं जा के दस्सिया काली दवाई वाले नूं, और कांगड़ साहब कहिंदे कि कोई जवाब नहीं। सो मतलब कि मिनिस्टर इज इनकरेजिंग करप्शन, इहदा तां इही मतलब निकलिया कि जब वजीर नूं एक एमएलए ने कहता कि ये पैसे मांग रहा, बंदे का नौ दस्ता कौन लै रहा है, कितों लै रहा है, तो फिर कोई कार्रवाई नहीं, फिर तुसी की कहोगे कि सारी करप्शन च मिलिया कौन इनवॉल्व, और ये गल्लां कौन जनतक कर रहा, लोग कर कर हंब गए, ओपोजिशन वाले करते हैं तो इन्हां नूं गल चंगी नहीं लगती, हुण तां इन्हां दे आप दे वजीर एमएलए एमपी करन लग पए। सो दिस इज़ अ वेरी सीरीयस सिचुएशन, और करप्शन गैंगस्टर पुलिस नैक्सेस मिनिस्टर नैक्सेस आ खजाना मंत्री जिहड़ी लाइफ लाइन है स्टेट की, जिन्हें सारिया सहूलत देनिया स्टेट नू चलाउणा स्टेट नू दिशा देनी है, ओदी नाकामी बारे एक एम पी वालों बयान आने, करप्शन की गल्लां आउणिया, एक क्लीयरली शोज कि ऑल इज़ नॉट वैल इन पंजाब सरकार दे विच, और ये बाकी वजीर भी जेडे एमएलए साहिबान कह रहे हैं कि फेर बदल होनी चाहिए, इसलिए रौला पा रहे हैं क्योंकि सरकार नू आप दी सरकार नू आप दे वजीरां दी परफॉर्मेंस नू जीरो मान रहे।
यार मैं कोई गल करूंगा फिर प्रॉब्लम हो जानी। हले तो असं कहने बिट्टू जी के हिसाब न ही चल पो फिर तो बिट्टू आप ही दसी जाता, राजा वड़िंग दसी जाता, निर्मल सिंह एम एल ए छतराणा आले दसी जाते हैं। असी तो बाद च दस देंगे, पहला इन्हों की सुन लो, आपके परिवार के मैंबर की घर के बंद सुन लो। पहले कहते जी बजट पेश हो जाता है, खजाना मंत्री सानू हाँ कर देता है, मगर कहता अग्यों पैसे नहीं कटते। मतलब कि सारे हाउस नू मिसलीड करन लिए उन्हें खजाना मंत्री नू जिम्मेवार ठहराता, क्योंकि जे अफसर काम नहीं कर रहे हुण तुसी ए रली मिली भुगत की थी, उन्हें सारा कुछ तो पर्दा फाश करता। और वड्डी गल वेखो अज इन्नी ठंड दे च आपां बैठे, अपने तो नहीं बैठिया जा रहा, वो नन्ने मुन्ने बच्चों नू यूनिफॉर्म तो पहुँच नहीं रही। अज थोड़ी अखबारों की फ्रंट पेज की खबर है, पिछले साल भी यही सी। और वो उस मंत्री नू पुछो की है, वह फिर कहिंदा जी इन्हें पैसे नहीं दिते खजाना। सारी पंजाब दियां प्रॉब्लमां लै दे के खजाना मंत्री दे दरवाजे ते जा रही, तदे ये एम एल ए हुण सारे आप ही बोल पे। और वो अगली गल जिहड़ा अपना जे कोई टीचर साहबान नौकरी मिले उहनू किन्ने प्यारे मिठे मिठे बोल सुनन नू मिलदे, वह भी तुसीं सुन लिओ। इसलिए हालात बने की पे है जी, इट्स अ वेरी सीरियस सिचुएशन। और इन्हां हालातों से मैं समझदा कि बिट्टू जी एक गल कहण दी कोशिश कर रहे कि आई सी यू चो जद तक इन्हां दा इलाज मरीज नूं जिहड़ा खजाना मंत्री एक मरीज के तौर पर इह जे नूं नहीं बदलोंगे तो तुसीं फिर आई सी यू चो पंजाब दी सरकार दी इकानमी नहीं कढ सकदे। उन्हें पंजाब दे फाइनैंस मिनिस्टर नूं एक फेलियर दस्सिया स्पष्ट रूप से, जे उहदे लफ्ज़ां तां तुसीं निचोड़ कढ दो। बिल्कुल वो तो मैं ही कह रहा कि साड़ी ना सुनो, थोड़ी ना सुनो, तुसी चौथा पावा थोड़ी भी ना कोई सुने, पंजाब दे लोकां दी कोई ना सुने, इन्हां दी सुन लो आप दे चेतियां दी, छड्डो सब दियां गल्लां। ये तो हुण कांग्रेस ही सवाल उठा रहे हर गल ते, और सीनियर ऑन पीपल और जेडे ये भी उजागर कर रहे हैं कि असी पक्के कांग्रेसी हाँ, कहीं आया गया आया राम गया राम वाले ने, फसली बटेरे ने, साड़ी गल सुनो, स्पष्ट तो करी जाता और की कुछ कह देवे। हुण उत्ते विचारे ते अज रात नूं दबाव पै जाना, सवेर तक उन्हें नवे बयान छड़ देने क्योंकि हुण दबाव पऊगा, क्योंकि खजाना मंत्री साहब भी अज बोले आ बठिंडे च, कहिंदे जी जे कोई गल सी ते जाखड़ नूं दस देंदे, जाखड़ दे कोल तां पक्की फायर ब्रिगेड दित्ती आ, जेड़ा औखा आउंदा उते पानी पा दिंदा कि कोई ना कोई ना कोई ना। ते तुसी वेख ही रहे हो कि लोकां दी गल ना आवे पानी पा दिओ हर कम नूं पक्का बंदा। देखो रंधावा थोड़ा ना हिल गया हुण, बेचारा इहनूं एवें टेंशन हो गई आ, तुसी भी बाले सवाल ना पुछो उहनूं, किते कुछ हो गया थोड़े जिम्मे पै जाऊ, थोड़ा चैनल हुण हटदा ही नहीं। इसलिए उहनूं बेचारे नूं इक तां उत्थों जग्गू दी माता उहदी चाची हरजीत कौर उहनूं तंग करदी है, उत्तों तां यार जग्गू उहनूं तंग करदा जेल चों बैठिया, उत्तों थोड़ा चैनल नहीं हटदा मगर इतना इतना घुमाउंदा फिरदा भूप नूं जा, ते उहदे बेचारे नूं कुछ हो गया। अगे ठंड दा मौसम है, मेरे वीर नूं ना तंग करो, उहदा कम तां हो ही जाणा, उह किन्ना चिर बच जू। देखो जिहड़ी अज इह गल्लां गैंगस्टरां नाल संबंध आ जग जा रहे तां SSP-आं दी रिपोर्टां ने, पुलिस महकमे की रिपोर्ट। और वड्डी गल तुसीं हले तक इनवैसटीगेशन नहीं की, जिस दिन आपां सारे रौले पाए आ, तीन फोन जग्गू कोलों जेल महकमे ने रिकवर किए आ, आम जाके उत्थे पुछ लो कि सीधे फोन सुखी रंधावे कोल गए, क्यों? क्योंकि उन्हां फोनां नाल डायरैक्ट इन टच सी। देखो उहदी माता नूं तां इहने सारी चौधर दिती है, ग्रांटा दिती है, मैं तो नहीं दिती आपकी चाची नूं इहने, और बार बार तुहानूं मिसलीड करदा एक गल तो कि जी जिन्हें फड़िया वो माड़ा होंदा जी, 15 च असी फड़ लिया, और फिर तुहानूं मिसलीडिंग हर गल च झूठ, कहिंदा जी 44 परचे, 44 परचे नहीं 63 परचे है, और 63 परचियां तो सिर्फ 5 परचे मजीठे दे उहदे च ही फड़े गए, और ये परचियां दी क्यों गल लुकाउंदा। और वड्डी गल वेखो जिहड़ी रिट पवाई है हाई कोर्ट च, उहने नहीं पाई, कितें एवें कहो कि जग्गू ने पाती, मिंटो मिंटी वो रिट पाई है, सुखी ने पवाई है, और शब्दावली भी सुखी की वरती गई है, 44 परचे जीते 63 परचे, वो 44 किवें दस रहा, वो दस रहा कहना 29 मजीठे दे, जिहड़ी गल ही झूठ है, 50% बेट देती है, मतलब उन्हें क्यों ये कर रहे हैं, और रल मिल के सारी खेड खेड रहे। इन्हें उहदी जेल चो ट्रांसफर करनी सी, उन्हें माता का दबा सी चाची का, यदा कि इहनूं ट्रांसफर कर अमृतसर, हुण घबरा गया,
ਹੁਣ ਕੋਰਟ ਦਾ ਸਹਾਰਾ ਭਾਲਦਾ ਕਿ ਕੋਰਟ ਆਰਡਰ ਦੇ ਦੇਵੇ ਅਤੇ ਮੇਰਾ ਆ ਭਤੀਜਾ ਉਹਦਾ ਸੁੱਖੀ ਦਾ ਜੱਗੂ ਪਹੁੰਚ ਜੇ ਉੱਥੇ। ਮਗਰ ਦੇਖੋ ਸੱਚ ਸੱਚ ਆਗੂ ਆਊ ਸਮਝ। ਦੇਖੋ ਮੈਂ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਬਹੁਤ ਬੜੇ ਆਦਮੀ ਆ ਜੀ, ਮੈਂ ਕਿਆ ਬੋਲਣਾ, ਉਹ ਕਿਆ ਬੋਲ ਰਹੇ ਨਹੀਂ ਬੋਲ ਰਹੇ। ਮੈਂ ਤੋਂ ਇਹੀ ਬਾਤ ਬੋਲੂੰਗਾ ਕਿ ਜੀ CAA ਮੈਂ ਸ਼੍ਰੋਮਣੀ ਅਕਾਲੀ ਦਲ ਕਾ ਸਟੈਂਡ ਬੜਾ ਸਪਸ਼ਟ ਹੈ ਕਿ ਰਿਲੀਜਨ ਕੇ ਆਧਾਰ ਪੇ ਇਹ ਨਹੀਂ ਇਸਕੋ ਇੰਪਲੀਮੈਂਟ ਹੋਣਾ ਚਾਹੀਏ। ਇਸਕੋ ਸਭ ਕੋ ਜਿਨ ਕੇ ਸਾਥ ਵੀ ਧੱਕਾ ਹੋ ਰਹਾ ਹੈ, ਇਨ ਯੇ ਤੀਨ ਮੁਲਕ ਕੀ ਕੋਈ ਅਭੀ ਬਾਤ ਹੋ ਰਹੀ ਹੈ, ਉਨ ਸਭ ਕੋ ਅਪਣਾਉਣਾ ਚਾਹੀਏ। ਅਗਰ ਅਪਣਾਨੇ ਕੀ ਬਾਤ ਹਮ ਕਰ ਰਹੇ ਔਰ ਇਸ ਬਾਤ ਮੇਂ ਔਰ ਜੋ ਦਿੱਲੀ ਮੇਂ ਹਾਲਾਤ ਬਣੇ ਹੈ, ਚਾਹੇ ਵੋ ਸਟੂਡੈਂਟਸ ਪ੍ਰੋਟੈਸਟ ਕਰ ਰਹੇ ਥੇ ਯਾ ਕੋਈ ਕਰ ਰਹੇ ਥੇ, ਕਿਸੀ ਕੇ ਸਾਥ ਜਬਰ ਨਾ ਹੋਏ ਜੀ। ਬੜੇ ਆਮ ਹਰ ਚੀਜ਼ ਕਾ ਡਾਇਲੋਗ ਹੁੰਦਾ ਹੈ, ਡੈਮੋਕ੍ਰੇਸੀ ਮੇਂ ਡਾਇਸੈਂਟ, ਡੈਮੋਕ੍ਰੇਸੀ ਮੇਂ ਵਿਚਾਰੋ ਕਾ ਮਤਭੇਦ ਬੜਾ ਜੈਨੂਇਨ ਸਾ ਕਾਮ ਹੈ ਔਰ ਯਹੀ ਡੈਮੋਕ੍ਰੇਸੀ ਕੀ ਖੂਬਸੂਰਤੀ ਹੈ। ਤੋ ਉਸ ਖੂਬਸੂਰਤੀ ਕੋ ਬਰਕਰਾਰ ਰੱਖਤੇ ਹੋਏ ਜੇ ਕੋਈ ਕਿਸੀ ਕੋ ਉਸਮੇਂ ਕੋਈ ਇਸ਼ੂਜ਼ ਹੈ, ਉਹ ਸੈਟਲ ਕਰਨੇ ਸਰਕਾਰੋਂ ਕਾ ਕਾਮ ਹੋਤੇ। ਆਜ ਕਾ ਆਜ ਜੋ ਕੋਈ ਇਸ਼ੂ ਹੈ ਪੰਜਾਬ ਰਿਲੇਟਡ ਹੈ, ਹਮ ਤੋ ਆਜ ਸੇ ਨਹੀਂ ਬੋਲ ਰਹੇ ਜੀ, ਹਮ ਤੋ ਪਾਰਲੀਮੈਂਟ ਮੇਂ ਵੀ ਬੋਲ ਕੇ ਆਏ ਹਾਂ। ਹਮ ਤੋ ਬੜਾ ਸਪਸ਼ਟ ਸੁਖਬੀਰ ਜੀ ਪਾਰਲੀਮੈਂਟ ਮੇਂ ਬੋਲ ਆਏ ਹੈ, ਬੁੰਦੜ ਸਾਹਿਬ ਪਾਰਲੀਮੈਂਟ ਮੇਂ ਬੋਲ ਆਏ ਹੈ, ਉਸ ਦਿਨ ਸੇ ਰੋਜ਼ ਹੀ ਬੋਲ ਰਹੇ ਹਾਂ। ਸਾਡਾ ਸਟੈਂਡ ਬੜਾ ਸਪਸ਼ਟ ਹੈ ਇਹਦੇ 'ਤੇ ਕਿ ਇਹ ਜਿਹੜੀ ਪੰਚਾਇਤ ਦੀ ਜ਼ਮੀਨ ਹੈ ਇਹ ਇਹਦੇ ਪਿੰਡਾਂ ਦੇ ਲੋਕਾਂ ਵਾਸਤੇ ਆ। SC ਭਾਈਚਾਰੇ ਵੀ ਬੜੀ ਵੱਡੀ ਗਿਣਤੀ 'ਚ ਇਹ ਜ਼ਮੀਨ ਆਪਦੀ ਲੈਂਦੇ ਆ ਆਪਦੀ ਵਾਹੀ ਖੇਤੀ ਵਾਸਤੇ, ਔਰ ਇਹ ਬੜਾ ਵੱਡਾ ਸਕੈਂਡਲ ਸਰਕਾਰ ਕਰ ਰਹੀ ਹੈ ਕਿ ਚੰਡੀਗੜ੍ਹ ਦੇ ਆਲੇ ਦੁਆਲੇ ਇਹ ਕੀਮਤੀ ਜ਼ਮੀਨਾਂ ਆਪਦੇ ਚੇਤਿਆਂ ਨੂੰ ਦੇਣ ਵਾਸਤੇ ਇਹ ਸਾਰੀ ਪਲੈਨਿੰਗ ਬਣੀ ਹੈ, ਔਰ ਜਿਹੜਾ ਸਾਰਾ ਮੈਟਰ ਆਲਰੇਡੀ ਹਾਈਕੋਰਟ ਦੇ ਧਿਆਨ 'ਚ ਹੈ। ਇਹ ਸਾਡੀ ਸਰਕਾਰ ਵੇਲੇ ਉਦੋਂ ਅਸੀਂ ਕਾਨੂੰਨ ਲੈ ਕੇ ਆਏ ਸਾਂ ਕਿ ਪੰਚਾਇਤੀ ਜ਼ਮੀਨ ਸਾਂਝੀ ਜ਼ਮੀਨ ਪਿੰਡ 'ਚ ਜਿਹੜੀ ਹੈ ਉਹ ਪਿੰਡ ਦੇ ਭਲੇ ਵਾਸਤੇ ਤਾਂ ਵਰਤੀ ਜਾ ਸਕਦੀ ਹੈ, ਮਗਰ ਉਹਨੂੰ ਕਦੇ ਤੁਸੀਂ ਸੇਲ ਨਹੀਂ ਕਰ ਸਕਦੇ। ਸੋ ਦਿਸ ਇਜ਼ ਅ ਵੈਰੀ ਬਿਗ ਫਰੋਡ, ਉਹ ਕੀਮਤੀ ਜ਼ਮੀਨਾਂ ਨੂੰ ਹਥਿਆਉਣ ਦਾ, ਜਿਹੜਾ ਅੱਗੇ ਬੜੇ ਸੀਨੀਅਰ ਕਾਂਗਰਸੀ ਲੀਡਰਾਂ ਦਾ ਇਸ ਕੰਮ 'ਚ ਨਾਂ ਆਇਆ ਹੋਇਆ ਆਲਰੇਡੀ, ਔਰ ਉਹ ਕੋਰਟ ਦੇ ਧਿਆਨ 'ਚ ਵੀ, ਅਸੀਂ ਇਹਦੇ ਵਿਰੋਧ 'ਚ ਹਾਂ ਜੀ ਸਪਸ਼ਟ ਤੌਰ 'ਤੇ। ਦੇਖੋ ਐਡਵਾਈਜ਼ਰ ਹੈ CM ਦਾ, ਐਡਵਾਈਜ਼ਰ CM ਦਾ ਹੈ ਅਤੇ ਉਹਨੇ ਭਾਸ਼ਾ ਵਰਤੀ ਆ, ਹੁਣ CM ਸਾਹਿਬ ਹੀ ਦੱਸਣ ਕਿ ਇਹ ਜੇ ਐਡਵਾਈਜ਼ਰ ਰੱਖੇ ਕਾਹਦੇ ਲਈ, ਉਹ ਜਿਹੜੇ ਲਾਈਨਿੰਗ ਦਾ ਪ੍ਰੋਜੈਕਟ ਹੈ ਕਿ ਉਹ ਲਾਈਨਿੰਗ ਹੋਣੀ ਚਾਹੀਦੀ ਅਤੇ ਜਿੰਨੇ ਵੀ ਕਿਸਾਨਾਂ ਦੇ ਜਿਹੜੀਆਂ ਉਹਨਾਂ ਦੇ ਉਹ ਸ਼ੂਟਸ ਲੱਗੀਆਂ ਸੀ ਉਹ ਬੰਦ ਕਰਾਉਣ ਦੇ ਆਰਡਰ ਕਿਹਦੇ ਸੀ, ਉਹ ਵੀ ਸਰਕਾਰ ਦੇ ਸੀ, ਵਜ਼ੀਰ ਸਾਹਿਬ ਦੇ ਸੀ। ਸਾਡੇ ਵੇਲੇ ਤਾਂ ਲੱਗੇ ਹੋਏ ਸੀ, ਲੋਕ ਲੈ ਰਹੇ ਆ ਚਲਾ ਰਹੇ ਆ, ਔਰ ਉਹ ਚਲਾ ਰਹੇ ਆ ਜਦ ਤੇ ਤੁਸੀਂ ਆਰਡਰ ਕੱਢੇ ਕਿਉਂ, ਔਰ ਅੱਜ ਜਾ ਕੇ ਉੱਥੇ ਡਰਾਮਾ ਕਰਨਾ, ਕਿਸੇ ਅਫਸਰ ਨੂੰ ਜ਼ਿੰਮੇਵਾਰ ਠਹਿਰਾਉਣਾ, ਜੇ ਉਹਨੇ ਛਿੱਤਰ ਮਾਰਨੀ ਹੈ ਤਾਂ ਛਿੱਤਰ ਦਾ ਫਿਰ ਅਸਲ ਹੱਕਦਾਰ ਉਹ ਮਹਿਕਮੇ ਦਾ, ਮੈਂ ਕਹਿਣਾ ਨਹੀਂ ਚਾਹੁੰਦਾ। ਉਹ ਬੇਸਿਕਲੀ ਕਹਿੰਦਾ ਕਿ ਇਹ ਜੇ ਮਿਨਿਸਟਰਾਂ ਨੂੰ ਫਿਰ ਪਹਿਣੇ ਚਾਹੀਦੇ, ਅਫਸਰ ਦੀ ਵਿਚਾਰੇ ਦੀ ਕੀ ਹੈ, ਸੇਖੋ ਦੀ ਹੁਣ ਕਾਹਦੀ ਗਲਤੀ ਕੱਢੋਗੇ ਤੁਸੀਂ। ਮੈਂ ਤਾਂ ਉਹਦੀ ਪ੍ਰੋੜਤਾ ਹੀ ਕਰਦਾ ਜੀ, ਸਿਆਣੀਆਂ ਗੱਲਾਂ ਕਰਨ ਲੱਗ ਪਿਆ, ਇਹਨਾਂ ਨਾਲੋਂ ਸਿਆਣਾ ਹੋਇਆ ਹੋਰ ਮੈਂ ਕੀ ਕਹਿ ਸਕਦਾ। ਦੇਖੋ ਬਿੱਟੂ ਨੇ ਅੱਜ ਕੱਲ੍ਹ ਜੋ ਕੁਛ ਵੀ ਕਿਹਾ, ਹੁਣ ਮੈਂ ਤਾਂ ਮੈਨੂੰ ਦੁੱਖ ਇਸ ਗੱਲ ਦਾ ਕਿ ਨੈਤਿਕਤਾ ਦੀ ਗੱਲ ਸਰਦਾਰ ਸਿੱਧੂ ਜੀ ਕਰਦੇ ਆ, ਸੇਖੋ ਦੀ ਪਿੱਠ ਮਗਰ ਤਾਂ ਖਲੋ ਲਾ ਕੇ, ਕਿਉਂ ਨਹੀਂ ਖਲੋਂਦੇ ਅੱਜ ਉਸ ਸੇਖੋ DSP ਦੇ ਮਗਰ? ਇਨਕੁਆਇਰੀ ਤੁਹਾਡੀ ਲਾਈ ਹੈ, ਪੰਗਾ ਤੁਸੀਂ ਉਸ ਅਫਸਰ ਨੂੰ ਵਿੱਚ ਫਸਾਇਆ, ਹੁਣ ਕੋਈ ਕਹੇ ਅਫਸਰਾਂ ਨੂੰ ਛਿੱਤਰ ਮਾਰਨੇ ਜਾਂ ਕਿਸੇ ਦਿਸ ਦੇ ਨਾਟ, ਇਹ ਇਹਦਾ ਕੀ ਫਾਇਦਾ ਜੀ? ਜਿਹਦੇ ਆਰਡਰ ਹੈ ਉਹਨੂੰ ਪੁੱਛੋ, ਆਰਡਰ ਤੁਹਾਡੀ ਸਰਕਾਰ ਦੇ ਆ, ਅੱਜ ਕੋਈ ਖੜ ਨਹੀਂ ਰਿਹਾ, ਅਸੀਂ ਖਲੋਵਾਂਗੇ ਇਹੋ ਜਿਹੇ ਅਫਸਰਾਂ ਨਾਲ ਜਿਹੜੇ ਸਹੀ ਕੰਮ ਕਰ ਰਹੇ। ਉਹ ਬੜੀ ਵੱਡਾ ਸਰਕਾਰ ਦੇ ਖਜ਼ਾਨੇ ਨੂੰ ਚੂਨੇ ਲਾਉਣ ਦੇ ਪ੍ਰੋਗਰਾਮ ਨੇ ਜੀ ਇਹ ਸਾਰੇ, ਚੂਨਾ ਤਾਂ ਖਜ਼ਾਨੇ ਨੂੰ ਲੱਗਣਾ ਔਰ ਕਿਸੇ ਦੀ ਜੇਬ ਗਰਮ ਹੋਣੀ। ਆਪਣੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।